1984 सिख विरोधी दंगिया दे मामले विच मानयोग सुप्रीम कोर्ट दे आदेशा दे कानपुर विच होए कतलेआम नूं लैके बनी यूपी पुलिस दी एसआईटी ने लुधियाना विच गवाहां तों पुछगिछ कीती है। पुलिस अधिकारी ने दस्सिया कि सुप्रीम कोर्ट दे आदेशा ते बनी एसआईटी वल्लों दंगा मामले विच गवाहां तों पुछगिछ कीती जा रही है ते लुधियाना समेत पंजाब दे वख-वख हिस्सिआं विच वी लोकां तों पुछगिछ कीती जावेगी। पीड़ित तलजिंदर कौर ने दस्सिया कि उसदे पति दा कतल कीता गिआ सी ते उसनूं उम्मीद है कि जल्द हुण उसनूं इंसाफ मिलेगा। जिला दिल्ली कानपुर बुखारो दे विच 10,000 सिखां दा कतलेआम कीता गिआ सी। जदों सज्जन कुमार नूं उम्र कैद होई माननीय सुप्रीम कोर्ट ने नाल आर्डर कीता कानपुर दे विच जिहड़े पहलां कमिशन बने सन उन्हां कमिश्नरां तों बाद कोई भी कार्रवाई नहीं हुई। कानपुर दे विच 300 सिखां दा कतलेआम कीता गिआ सी दिन दिहाड़े। बुखारो दे विच 83 बंदिआं नूं जिंदा जी पट्ठिआं विच पा के सड़िया गिआ सी। कानपुर दे विच जिहड़ा कतलेआम होया सी ਉਹ ਤਕਰੀਬਨ 283 ਬੰਦੇ ਨੇ ਜਿਨ੍ਹਾਂ ਦਾ ਔਨ ਰਿਕਾਰਡ ਕਤਲ ਹੋਇਆ ਜਿਹੜੀਆਂ ਐਫ ਆਈ ਆਰ ਸਨ ਪਹਿਲਾਂ। ਉਸ ਤੋਂ ਬਾਅਦ ਜਿਹੜੇ ਕੁੱਝ ਕਾਂਗਰਸੀ ਸਨ, ਇੱਕ ਉੱਥੇ ਦਾ ਸਪੀਕਰ ਸੀ, ਵਿਧਾਨ ਸਭਾ ਦਾ ਸਪੀਕਰ ਸੀ ਯੂਪੀ ਦਾ ਅਨਿਲ ਚੰਦੇਲ, ਉਹਦਾ ਬਹੁਤ ਵੱਡਾ ਰੋਲ ਸੀ ਕਤਲੇਆਮ ਵਿੱਚ। ਦੂਜਾ ਸੀ ਸੰਤੋਸ਼ ਮਿਸ਼ਰਾ ਸੀ ਉਹਦੇ 'ਚ ਜਿਹਨੇ ਕਤਲੇਆਮ ਕਰਵਾਇਆ। ਤੀਜਾ ਵਰਿੰਦਰ ਕੁਮਾਰ ਸੀ। ਇਹ ਜਿਹੜੇ ਕਾਤਲ ਨੇ ਇਹ ਰਾਜੀਵ ਗਾਂਧੀ ਦੇ ਇਸ਼ਾਰੇ 'ਤੇ ਇਹਨਾਂ ਨੇ ਕਤਲੇਆਮ ਕਾਨਪੁਰ ਕਰਵਾਇਆ ਸੀ। 36 ਸਾਲ ਹੋ ਗਏ ਨੇ, ਕਿਸੇ ਵੀ ਸਰਕਾਰ ਨੇ ਕੁਛ ਜਿਹੜੀਆਂ SIT ਬਣਾ ਕੇ ਸਜ਼ਾਵਾਂ ਨਹੀਂ ਮਿਲੀਆਂ। ਇਹ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੀ 1984 ਸਿੱਖ ਕਤਲੇਆਮ ਪੀੜਤ ਸੁਸਾਇਟੀ ਵੱਲੋਂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਟਰਾਂ ਪਾ ਕੇ ਇਹ ਨਵਾਂ ਆਦੇਸ਼ 6 ਮਹੀਨੇ ਪਹਿਲਾਂ ਕਰਾਇਆ ਸੀ। ਉਸ ਤੋਂ ਬਾਅਦ ਯੂਪੀ ਗੌਰਮੈਂਟ ਨੇ SIT ਬਣਾ ਕੇ ਇੱਕ ਸੀਨੀਅਰ IPS ਅਫਸਰ ਨੇ IG SSP ਸਾਹਿਬ ਉਹਨਾਂ ਨੇ ਇੱਕ ਟੀਮ ਲੁਧਿਆਣੇ ਭੇਜੀ ਹੈ। ਇਹ ਟੀਮ ਸਾਰੇ ਪੰਜਾਬ ਵਿੱਚ ਜਾਏਗੀ ਕਿਉਂਕਿ ਪੰਜਾਬ ਵਿੱਚ 1984 ਦੇ ਕਤਲੇਆਮ ਤੋਂ ਬਾਅਦ 27,000 ਪਰਿਵਾਰ ਜਿਹੜੇ ਨੇ ਉਜੜ ਕੇ ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ ਤੋਂ ਪੰਜਾਬ ਆਏ ਸਨ। ਬਹੁਤ ਸਾਰੇ ਪਰਿਵਾਰ ਕਾਨਪੁਰ ਤੋਂ ਲੁਧਿਆਣੇ ਆਏ ਨੇ, ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਰਹਿ ਰਹੇ ਨੇ। ਸਾਨੂੰ ਉਮੀਦ ਬੱਝੀ ਹੈ ਕਿ ਹੁਣ ਜਿਹੜੇ ਕਾਨਪੁਰ ਜਿਹੜਾ ਕਤਲੇਆਮ ਕਾਂਗਰਸੀਆਂ ਨੇ ਕਰਵਾਇਆ ਸੀ ਉਹਨਾਂ ਨੂੰ ਜ਼ਰੂਰ ਫਾਂਸੀ ਹੋਵੇਗੀ, ਇਹਨਾਂ ਸਜ਼ਾਵਾਂ ਹੋਣਗੀਆਂ, ਉਮਰ ਕੈਦ ਹੋਵੇਗੀ। ਹਾਂਜੀ, ਅੱਜ SIT ਦੀ ਟੀਮ ਕਾਨਪੁਰ ਤੋਂ ਆਈ ਹੈ। 1984 ਜਿਹੜੇ ਕਤਲ ਹੋਏ ਸੀ, ਕੀ ਕਹਿਣਾ ਚਾਹਦੇ ਹੋ? ਇਹ ਦੇਖੋ ਜੀ, 35 ਸਾਲ ਹੋ ਗਏ ਇਸ ਚੀਜ਼ ਨੂੰ, 1984 ਦੇ ਕਤਲੇਆਮ ਨੂੰ, ਪਰ ਅੱਜ ਦਿਨ ਤੱਕ ਕਦੀ ਵੀ ਕੋਈ ਟੀਮ ਇਹੋ ਜਿਹੀ ਨਹੀਂ ਆਈ ਸੀ। ਆਈ ਤਾਂ ਤਕਰੀਬਨ 15 ਸਾਲ ਪਹਿਲੇ ਨੈਨਾਵਤੀ ਕਮਿਸ਼ਨ ਆਇਆ ਸੀਗਾ, ਪਰ ਉਹ ਵੀ ਐਫੀਡੇਵਿਟ ਵਗੈਰਾ ਲੈ ਕੇ ਗਏ ਸੀ, ਇੱਥੋਂ ਲੋਕਾਂ ਕੋਲੋਂ ਹੋਇਆ ਕੁਛ ਨਹੀਂ ਆ। ਇਹਨਾਂ ਨੂੰ ਜਦੋਂ ਸੱਜਣ ਕੁਮਾਰ ਨੂੰ ਸਜ਼ਾ ਹੋਈ ਆ, ਉਹ ਤੋਂ ਬਾਅਦ ਮਾਨਨੀਯ ਸੁਪਰੀਮ ਕੋਰਟ ਨੇ ਆਰਡਰ ਕੀਤੇ ਸਨ। ਸੁਪਰੀਮ ਕੋਰਟ ਦੀ ਹਦਾਇਤ 'ਤੇ ਇਹ ਜਿਹੜੀ SIT ਬਣੀ ਸੀਗੀ ਕਾਨਪੁਰ ਦੇ ਵਿੱਚ, ਇਹ ਜਿਤਨੇ ਵੀ ਕਾਨਪੁਰ ਦੇ ਵਿੱਚ ਜੋ ਕਤਲੇਆਮ ਹੋਏ, ਇਹ ਉਹਨਾਂ ਲੋਕਾਂ ਦੀਆਂ ਗਵਾਹੀਆਂ ਵਾਸਤੇ ਇੱਥੇ ਆਏ ਕਿ ਜਿਨ੍ਹਾਂ ਨੇ ਆਪਣੀ ਅੱਖੀਂ ਸਭ ਕੁਝ ਦੇਖਿਆ, ਜਿਨ੍ਹਾਂ ਦੇ ਘਰਾਂ ਦੇ ਜੀ ਮਰੇ, ਉਹਨਾਂ ਤੋਂ ਗਵਾਹੀ ਲੈ ਕੇ ਜਾ ਰਹੇ ਹਨ ਤਾਂ ਕਿ ਜਿਹੜੇ ਕਾਤਲ ਹੈਗੇ ਹਨ, 35 ਸਾਲਾਂ ਤੋਂ ਬੱਚੇ ਹੋਏ ਹਨ, ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾਵਾਂ ਦਿੱਤੀਆਂ ਜਾਣ। ਔਰ ਇਹਨਾਂ ਦੇ ਇੱਥੇ ਆਉਣ ਨਾਲ ਸਾਨੂੰ ਵੀ ਥੋੜ੍ਹੀ ਜਿਹੀ ਉਮੀਦ ਜਾਗੀ ਆ, ਕਿਉਂਕਿ ਬਹੁਤ ਹੀ ਇਮਾਨਦਾਰ ਅਫਸਰ ਹੈਗੇ ਹਨ। ਇਹਨਾਂ ਨੇ ਰਾਤ ਦਿਆਂ ਜਿੰਨਾ ਵੀ ਸਾਨੂੰ ਜੋ ਵੀ ਦੱਸਿਆ, ਬਹੁਤ ਵਧੀਆ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਡੀਲ ਕਰ ਰਹੇ ਹਨ। ਮੈਂ ਪੂਰੇ ਪੰਜਾਬ ਦੇ ਪੀੜਤ ਪਰਿਵਾਰਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜਿਤਨੇ ਵੀ ਜੋ ਕਾਨਪੁਰ ਦੇ ਵਿੱਚ ਰਹਿ ਰਹੇ ਸੀਗੇ, ਜਿਨ੍ਹਾਂ ਨੇ ਆਪਣੀ ਅੱਖੀਂ ਜੋ ਕੁਝ ਦੇਖਿਆ ਉਸ ਟਾਈਮ, ਆਪਣੀ ਅੱਖਾਂ ਦੇ ਨਾਲ ਜੋ ਵੀ ਦੇਖਿਆ, ਅਤੇ ਤੁਸੀਂ ਆ ਕੇ ਇਹਨਾਂ ਨੂੰ ਆਪਣੇ ਬਿਆਨ ਜਿਹੜੇ ਹੈਗੇ ਦਰਜ ਕਰਵਾਓ ਤਾਂ ਕਿ ਜਿਹੜੇ ਕਾਤਲ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾਵਾਂ ਦਿੱਤੀਆਂ ਜਾਣ। ਅੱਜ ਆਪ ਪੰਜਾਬ ਮੈਂ ਆਏ ਹੋ, ਕਿਸ ਵਿਸ਼ੇ ਕਿਉਂ ਲੈ ਕੇ ਆਏ ਹੋ? ਹਮ 1984 ਦੰਗੇ ਸਿੱਖ ਵਿਰੋਧੀ ਦੰਗੋਂ ਕੇ ਜਾਂਚ ਕੇ ਲਈ ਆਏ ਹੋਏ ਹੈ ਲੁਧਿਆਣਾ ਮੈਂ। ਹਮਾਰੇ ਜੋ ਦੋ ਵਿਟਨੈਸ ਹੈ ਉਨਸੇ ਹਮਕੋ ਬਾਤ ਕਰਨੀ ਹੈ। ਯੇ ਕਿਸਨੇ ਟੀਮ SIT ਟੀਮ ਜੋ ਬਣਾਈ ਹੈ, ਕਬ ਬਣੀ ਔਰ ਕਿਆ ਕਿਸ ਲਈ ਗਨ ਬਣੀ ਨੀ? ਯੇ ਜੋ ਹੈ 2 ਵਰਸ ਪਹਿਲੇ ਬਣੀ ਹੈ। ਅੱਛਾ, ਲਗਭਗ 2 ਵਰਸ ਹੋਣੇ ਜਾ ਰਹਾ ਹੈ। ਯੇ ਸੁਪਰੀਮ ਕੋਰਟ ਦੇ ਆਦੇਸ਼ੋ ਕੇ ਅਨੁਸਾਰ ਬਣੀ? ਜੀ ਜੀ। ਅੱਛਾ, ਆਪ ਜੋ ਯਹਾਂ ਪੇ ਦੋ ਲੋਕ ਮਿਲੇ ਹੋ, ਕੌਣ ਹੈ, ਕਿਆ ਨਾਮ ਹੈ ਉਨਕੇ? ਹਾਂ, ਉਨਕਾ ਨਾਮ ਤੋ ਯੇ ਉਧਰੇ ਰਹਤੇ ਹੈ, ਇੱਕ ਵੋ ਹੈ ਹਰਚਰਨ ਸਿੰਘ ਜੀ। ਹਾਂਜੀ। ਔਰ ਇੱਕ ਤੇਜਿੰਦਰ ਕੌਰ ਜੀ। ਇਹ ਕਾਨਪੁਰ ਕੇ ਸਿਰਫ ਕਾਨਪੁਰ ਵਾਲੇ ਹੀ ਆਪ ਕਰ ਰਹੇ ਹੋ ਟੀਮ ਕੀ ਜਾਂਚ ਕੀ, ਹੋਰ ਵੀ ਕਰ ਲੋਗੋ ਵੀ? ਨਹੀਂ, ਹੋਰ ਕਾਨਪੁਰ ਕੀ ਜਾਂਚ ਕਰ।
ये आप पूरे पंजाब में जाओगे कि खाली लुधियाना के ही है जो? नहीं नहीं, और भी कई जगह है हमारे वहाँ भी। तो आपके पास लिस्ट है जो उस लिस्ट के आधार पर जा रहे हैं आप? जी, जो जो जिस संबंध में जो परिजन है, जिस संबंध में जिस मुकदमे के परिजन और गवाह जहाँ पर रह रहे हैं उनके संबंध में जा रहे हैं। कितने दिन आप पंजाब में रहेंगे? अब जितनी जल्दी निपट जाएगा, करीब 4-5 दिन का टाइम लग जाएगा। लुधियाना तो सुरेंद्र अरोड़ा की रिपोर्ट।